ਮੋਗਾ ਦੇ ਪਿੰਡ ਸਿੰਘਾਵਾਲਾ ਦੇ 220 ਕਿਲੋਬਾਹੜ ਦੇ ਬਿਜਲੀ ਗ੍ਰਿਡ ਵਿੱਚ ਭਿਆਨਕ ਅੱਗ ਲੱਗਣ ਕਾਰਨ 25 ਕਿਲੋਮੀਟਰ ਇਲਾਕੇ ਦੇ ਪਿੰਡਾਂ ਤੇ ਮੋਗਾ ਸ਼ਹਿਰ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਈਏ ਗ੍ਰਿਡ ਵਿੱਚ ਭਿਆਨਕ ਅੱਗ ਦੀ ਸੂਚਨਾ ਮਿਲਦਿਆਂ ਹੀ ਅੱਗ ਬੁਝਾਓ ਦਸਤੇ ਦੀਆਂ 5 ਤੋਂ 7 ਗੱਡੀਆਂ ਮੌਕੇ ਤੇ ਪੁੱਜੀਆਂ ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੇ ਕਾਮਿਆਂ ਨੂੰ ਘੰਟਿਆਂ ਵਧੀ ਮੁਸ਼ਕਲ ਕਰਨੀ ਪਈ ਇਸ ਤੋਂ ਇਲਾਵਾ ਮੋਗਾ ਬਾਗਾਪਰਾਣਾ ਜਗਰਾਉਂ ਫਰੀਦਕੋਟ ਅਤੇ ਬਠਿੰਡਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵੋਣੀਆਂ ਪਈਆਂ ਫਾਇਰ ਬ੍ਰਿਗੇਡ ਦੇ ਅਧਿਕਾਰੀ ਜਗਤਾਰ ਸਿੰਘ ਨੇ ਦੱਸਿਆ ਕਿ ਅੱਗ ਬਹੁਤ ਭਿਆਨਕ ਸੀ ਅਤੇ ਮਟੇ ਪਾਂਪੜ ਨਾਲ ਅਸਮਾਨ 'ਚ ਕਾਲਾ ਧੂੰਆਂ ਫੈਲ ਗਿਆ ਸੀ